ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਇੱਕ ਨਵੇਂ ਵਿਸ਼ੇ ਨਵੇਂ ਵੀਡੀਓ ਦੇ ਨਾਲ। ਜੋ ਅੱਜ ਦਾ ਸਾਡਾ ਵਿਸ਼ਾ ਹੈ ਉਹ ਤੁਹਾਡੇ ਲਿਖਣ ਦੇ ਨਾਲ ਜੁੜਿਆ ਹੋਇਆ ਹੈ। ਜੋ ਵੀ ਤੁਸੀਂ ਲਿਖੋਗੇ ਉਹੀ ਤੁਹਾਨੂੰ ਪ੍ਰਾਪਤ ਹੋਵੇਗਾ, ਉਹੀ ਤੁਹਾਨੂੰ ਮਿਲ ਜਾਵੇਗਾ। ਅੱਜ ਦਾ ਜੋ ਸਾਡਾ ਇਹ ਵਿਸ਼ਾ ਹੈ, ਸੋ ਦੋਸਤੋ, ਜੋ ਇਹ ਕਨਸੈਪਟ ਹੈ, ਲਾਅ ਆਫ ਅਟਰੈਕਸ਼ਨ ਦੀ ਇੱਕ ਵਿਧੀ ਹੈ ਜਿਸ ਦੇ ਰਾਹੀਂ ਤੁਸੀਂ ਆਪਣੀ ਕੋਈ ਵੀ ਮਨੋਕਾਮਨਾ ਨੂੰ ਪੂਰਾ ਕਰ ਸਕਦੇ ਹੋ। ਸੋ ਜ਼ਿੰਦਗੀ ਵਿੱਚ ਅਗਰ ਤੁਸੀਂ ਕੁਝ ਸਿੱਖਣਾ ਚਾਹੁੰਦੇ ਹੋ, ਕੁਝ ਜਾਣਨਾ ਚਾਹੁੰਦੇ ਹੋ, ਕੁਝ ਪਾਉਣਾ ਚਾਹੁੰਦੇ, ਤਾਂ ਲਾਅ ਆਫ ਅਟਰੈਕਸ਼ਨ ਤੁਹਾਨੂੰ ਉਹ ਚੀਜ਼ ਜਾਣਨ, ਸਿੱਖਣ ਅਤੇ ਪਾਉਣ ਦੇ ਵਿੱਚ ਮਦਦ ਕਰੇਗਾ। ਕੱਲ੍ਹ ਮੈਂ ਕੋਈ ਵੀਡੀਓ ਦੇਖ ਰਿਹਾ ਸੀ ਸੋਸ਼ਲ ਮੀਡੀਆ ਉੱਤੇ, ਤਾਂ ਕਹਿੰਦੇ ਵੀ ਲਾਅ ਆਫ ਅਟਰੈਕਸ਼ਨ ਕੋਈ ਚੀਜ਼ ਨਹੀਂ ਹੁੰਦੀ। ਜੇ ਲਾਅ ਆਫ ਅਟਰੈਕਸ਼ਨ ਕੋਈ ਚੀਜ਼ ਨਹੀਂ ਹੁੰਦੀ, ਫਿਰ ਸਾਡੀਆਂ ਅਰਦਾਸਾਂ ਕਿਉਂ ਬਣੀਆਂ, ਸਾਡੀਆਂ ਪ੍ਰਾਰਥਨਾਵਾਂ ਕਿਉਂ ਬਣੀਆਂ, ਸਾਡੇ ਮੰਤਰ ਕਿਉਂ ਬਣੇ? ਜੇ ਲਾਅ ਆਫ ਅਟਰੈਕਸ਼ਨ ਕੋਈ ਚੀਜ਼ ਨਹੀਂ ਹੁੰਦੀ, ਫਿਰ ਸਾਡੇ ਗ੍ਰੰਥ ਇਹ ਕਾਹਤੋਂ ਕਹਿੰਦੇ ਹਨ ਕਿ ਬ੍ਰਹਮਦੇਵ ਨੇ ਸ੍ਰਿਸ਼ਟੀ ਦੀ ਸਿਰਜਣਾ ਸੋਚ ਤੋਂ ਸ਼ੁਰੂ ਕੀਤੀ? ਕਿਉਂਕਿ ਅੰਤਰ ਮਨ ਨਿਰੰਤਰ ਵਾਸਾ, ਗੁਰਬਾਣੀ ਕਹਿੰਦੀ ਹੈ ਮਨ ਦੇ ਅੰਦਰ ਬ੍ਰਹਿਮੰਡ ਵੱਸਦਾ ਹੈ, ਬ੍ਰਹਿਮੰਡ ਹੀ ਮਨ ਵਿੱਚ ਵੱਸਦਾ ਹੈ। ਸੋ ਸਾਡਾ ਜੋ ਮਨ ਹੈ ਇਹ ਬ੍ਰਹਿਮੰਡ ਹੈ, ਇਸਦੇ ਵਿੱਚੋਂ ਹੀ ਅਸੀਂ ਹਰ ਇੱਕ ਚੀਜ਼ ਨੂੰ ਪ੍ਰਾਪਤ ਕਰਦੇ ਹਾਂ। ਜੇਕਰ ਅਸੀਂ ਦੁੱਖਾਂ 'ਤੇ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਸਾਨੂੰ ਦੁੱਖ ਪ੍ਰਾਪਤ ਹੁੰਦੇ ਹਨ, ਜੇ ਅਸੀਂ ਸੁੱਖਾਂ 'ਤੇ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਸਾਨੂੰ ਸੁੱਖ ਪ੍ਰਾਪਤ ਹੁੰਦੇ ਹਨ। ਸੋ ਅੱਜ ਦੀ ਜੋ ਸਾਡੀ ਇਹ ਵਿਧੀ ਹੈ, ਇਸ ਵਿਧੀ ਦੇ ਰਾਹੀਂ ਤੁਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਹੋ। ਇੱਕ ਭਰੋਸਾ ਤੁਹਾਨੂੰ ਹੋਣਾ ਚਾਹੀਦਾ ਹੈ, ਇਸ ਭਰੋਸਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਇਹ ਵੀਡੀਓ ਬਹੁਤ ਹੀ ਸੰਜੋਗੀ ਹੋਣ ਵਾਲੀ ਹੈ। ਸੋ ਲਾਅ ਆਫ ਅਟਰੈਕਸ਼ਨ ਇੱਕ ਐਸਾ ਯੂਨੀਵਰਸਲ ਲਾਅ ਹੈ, ਬ੍ਰਹਿਮੰਡ ਦਾ ਲਾਅ ਹੈ, ਜਿਸ ਦੇ ਰਾਹੀਂ ਤੁਸੀਂ ਕੁਝ ਵੀ ਆਪਣੀ ਜ਼ਿੰਦਗੀ ਵਿੱਚ ਪ੍ਰਾਪਤ ਕਰ ਸਕਦੇ ਹਾਂ। ਅਸੀਂ ਜ਼ਿੰਦਗੀ 'ਚ ਅਗਰ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ, ਸਭ ਤੋਂ ਪਹਿਲਾਂ ਸਾਡੀ ਸੋਚ ਬਣਦੀ ਆ। ਸੋਚ ਤੋਂ ਬਾਅਦ ਉਸ 'ਤੇ ਪ੍ਰਕਿਰਿਆ ਹੁੰਦੀ ਹੈ, ਵਿਚਾਰ ਬਣਦੇ ਆ, ਸੋਚ ਬਣਦੀ, ਸੋਚ ਤੋਂ ਉਸ 'ਤੇ ਪ੍ਰਕਿਰਿਆ ਹੁੰਦੀ ਹੈ, ਐਕਸ਼ਨ ਹੁੰਦਾ, ਅਸੀਂ ਉਹ ਚੀਜ਼ ਨੂੰ ਪ੍ਰਾਪਤ ਕਰਨ ਵਿੱਚ ਲੱਗ ਜਾਂਦੇ ਹਾਂ। ਸੋ ਬ੍ਰਹਿਮੰਡ ਕੀ ਹੈ? ਜਦੋਂ ਅਸੀਂ ਬ੍ਰਹਿਮੰਡ ਨੂੰ ਕੋਈ ਸੁਪਨਾ ਜਾਂ ਕੋਈ ਵਿਚਾਰ ਆਪਣਾ ਦੇ ਦਿੰਦੇ ਹਾਂ, ਤਾਂ ਬ੍ਰਹਿਮੰਡ ਉਸ ਵਿਚਾਰ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਸੋ ਜੋ ਨਾਸਾ ਹੈ, ਜੋ ਸਪੇਸ ਦੇ ਨਾਲ ਰਿਲੇਟਡ ਖੋਜਾਂ ਕਰਦੀ ਇੱਕ ਪੁਲਾੜ ਏਜੰਸੀ ਹੈ ਅਮੈਰੀਕਾ ਦੀ, ਉਹਦੇ ਵਿਗਿਆਨੀ ਵੀ ਕਹਿੰਦੇ ਹਨ ਕਿ ਜਿਹੜੀ ਆਵਾਜ਼ ਹੈ, ਜਿਹੜੇ ਸਾਡੇ ਵਿਚਾਰ ਹਨ ਜਾਂ ਲਾਈਟ ਹੈ, ਇਹ ਕਦੇ ਵੀ ਖਤਮ ਨਹੀਂ ਹੁੰਦੀ। ਸਾਡੇ ਵਿਗਿਆਨ ਨੇ ਇੰਨੀ ਕੁ ਤਰੱਕੀ ਕਰ ਲਈ ਅਤੇ ਸਾਡੇ ਗ੍ਰੰਥ ਇਹ ਸ਼ੁਰੂ ਤੋਂ ਕਹਿੰਦੇ ਆ ਰਹੇ ਹਨ ਕਿ ਸਾਡੇ ਵਿਚਾਰ, ਸਾਡੀ ਆਵਾਜ਼ ਅਤੇ ਲਾਈਟ ਕਦੇ ਵੀ ਖਤਮ ਨਹੀਂ ਹੁੰਦੀ, ਕਿਉਂਕਿ ਪੂਰਾ ਯੂਨੀਵਰਸਲ ਥਾਟ ਤੋਂ ਬਣਿਆ, ਇੱਕ ਖਲਾਅ ਤੋਂ ਬਣਿਆ, ਖਾਲੀਪਨ ਤੋਂ ਬਣਿਆ, ਉਸਦੇ ਵਿੱਚ ਧੁਨੀ ਆਈ, ਉਸਦੇ ਵਿੱਚ ਰੋਸ਼ਨੀ ਆਈ, ਇਹ ਤਿੰਨ ਚੀਜ਼ ਦਾ ਯੂਨੀਵਰਸਲ ਬਣਿਆ। ਸੋ ਅੱਜ ਦੀ ਜੋ ਵਿਧੀ ਹੈ, ਜੇਕਰ ਤੁਹਾਡਾ ਕੋਈ ਸੁਪਨਾ ਹੈ, ਕੋਈ ਸੁਪਨੇ ਹਨ ਜਾਂ ਸੁਪਨਾ ਹੈ, ਜਿੰਨੇ ਵੀ ਤੁਹਾਡੇ ਸੁਪਨੇ ਹਨ, ਉਹਨਾਂ ਨੂੰ ਲਾਈਨ ਵਾਈਜ਼ ਤੁਸੀਂ ਲਿਖ ਲਵੋ ਇੱਕ ਕਾਪੀ ਦੇ ਉੱਤੇ। ਲਿਖਣਾ ਕਿਵੇਂ ਆ? ਜਿਵੇਂ ਕਿ ਤੁਸੀਂ ਇੱਕ ਚੰਗੀ ਨੌਕਰੀ ਦੇ ਲਈ ਸਟਰਗਲ ਕਰ ਰਹੇ ਹੋ, ਮਿਹਨਤ ਕਰ ਰਹੇ ਹੋ, ਤਾਂ ਉਸ ਦਾ ਜੋ ਪ੍ਰੋਸੈਸ ਹੈ, ਉਸਨੂੰ ਪ੍ਰਾਪਤ ਕਰਨ ਦਾ ਪ੍ਰੋਸੈਸ ਹੈ, ਤੁਸੀਂ ਉਸਨੂੰ ਅਚੀਵ ਨਹੀਂ ਕਰ ਪਾ ਰਹੇ, ਤਾਂ ਉਹ ਕਿਵੇਂ ਕਰ ਲਿਖਣਾ ਹੈ? ਤੁਸੀਂ ਲਿਖਣਾ ਹੈ, ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਇਹ ਵਾਲੀ ਨੌਕਰੀ ਮਿਲ ਗਈ ਹੈ। ਚਲੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਬਿਮਾਰੀ ਦੂਰ ਹੋ ਜਾਵੇ, ਤਾਂ ਤੁਸੀਂ ਲਿਖ ਲੈਣਾ ਹੈ, ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਪਰਮਾਤਮਾ ਨੇ ਤੰਦਰੁਸਤ ਕੀਤਾ ਹੈ ਅਤੇ ਮੈਨੂੰ ਹਰ ਪੱਖੋਂ ਮੇਰਾ ਸਰੀਰ ਪਰਫੈਕਟ ਹੈ, ਚੰਗਾ ਹੈ, ਬਿਲਕੁਲ ਤੰਦਰੁਸਤ ਹੈ। ਤੁਸੀਂ
ਜੇਕਰ ਕੁਝ ਆਪਣੇ ਘਰ ਦੇ ਵਿੱਚ ਤਰੱਕੀ ਚਾਹੁੰਦੇ ਹੋ ਜਾਂ ਕੋਈ ਵਹੀਕਲ ਲੈਣਾ ਚਾਹੁੰਦੇ ਹੋ ਜਾਂ ਕੋਈ ਘਰ ਦੀ ਕੋਈ ਚੀਜ਼ ਬਣਾਉਣਾ ਚਾਹੁੰਦੇ ਹੋ ਤਾਂ ਉਦੋਂ ਤੁਸੀਂ ਲਿਖ ਲੈਣਾ, ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਪਰਮਾਤਮਾ ਨੇ ਫਲਾਨੀ ਚੀਜ਼ ਦਿੱਤੀ। ਇਸ ਤਰ੍ਹਾਂ ਜਿੰਨੇ ਵੀ ਤੁਹਾਡੇ ਡ੍ਰੀਮਸ ਨੇ ਉਹਨਾਂ ਨੂੰ ਪ੍ਰੈਜ਼ੈਂਟ ਵਿੱਚ ਰੱਖ ਕੇ ਲਿਖ ਲੈਣਾ ਹੈ ਅਤੇ ਉਸ ਨੂੰ ਦਿਨ ਦੇ ਵਿੱਚ 3 ਤੋਂ ਲੈ ਕੇ 5-6 ਵਾਰ ਪੜ੍ਹਨਾ ਹੈ, 3 ਵਾਰੀ ਤੋਂ ਲੈ ਕੇ 5-6 ਵਾਰ ਪੜ੍ਹਨਾ ਹੈ। ਜਦੋਂ ਤੁਸੀਂ ਇਸ ਨੂੰ ਲਗਾਤਾਰ ਪੜ੍ਹੋਗੇ ਤਾਂ ਇਹ ਤੁਹਾਡੀ ਆਦਤ ਬਣ ਜਾਵੇਗੀ। ਆਦਤ ਜਦੋਂ ਬਣੇਗੀ, ਆਦਤ ਤੁਹਾਡਾ ਇਹ ਜੋ ਡ੍ਰੀਮ ਪੂਰਾ ਕਰਨ ਦੇ ਵਿੱਚ ਤੁਹਾਨੂੰ ਸਹਿਯੋਗ ਕਰੇਗੀ। ਜੋ ਵੀ ਤੁਹਾਡੀ ਸੋਚ ਹਨ, ਜੋ ਤੁਹਾਡੀ ਬੋਲ ਹਨ ਜਾਂ ਤੁਹਾਡੇ ਵਿਚਾਰ ਹੋਣ, ਉਹ ਯੂਨੀਵਰਸਲ 'ਚ ਜਾਣਗੇ। ਜਦੋਂ ਤੁਸੀਂ ਵਿਚਾਰ ਬਣਾਏ, ਯੂਨੀਵਰਸਲ ਜਾਵੇਗਾ ਅਤੇ ਉਹ ਯੂਨੀਵਰਸਲ ਉਸ 'ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਸੋ ਮੈਨੂੰ ਆਸ ਹੈ ਅੱਜ ਦੀ ਇਸ ਵਿਧੀ ਦੇ ਰਾਹੀਂ ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕੋਗੇ। ਮਿਹਨਤ ਕਰਦੇ ਰਹੋ, ਸਿੱਖਦੇ ਰਹੋ, ਪੜ੍ਹਦੇ ਰਹੋ, ਜਾਣਦੇ ਰਹੋ ਅਤੇ ਆਪਣੇ ਆਪ 'ਤੇ ਭਰੋਸਾ ਕਰਨਾ ਸਿੱਖੋ ਅਤੇ ਯੂਨੀਵਰਸਲ 'ਤੇ ਭਰੋਸਾ ਕਰਨਾ ਸਿੱਖੋ, ਕਿਉਂਕਿ ਤੁਹਾਡੇ ਵਿਚਾਰ ਹੀ ਤੁਹਾਡਾ ਭਵਿੱਖ ਬਣਦੇ ਹਨ। ਇਹ ਗੱਲ ਨੂੰ ਸਦਾ ਯਾਦ ਰੱਖਣਾ। ਸੋ ਅੱਜ ਦੇ ਲਈ ਇੰਨਾ ਹੀ, ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ, ਨਵੀਂ ਵੀਡੀਓ ਦੇ ਨਾਲ। ਸਾਡੇ ਨਾਲ ਬਣੇ ਰਹੋ, ਧੰਨਵਾਦ।